हेलो एंड वेलकम टू खतरों के खिलाड़ी हैशटैग जम्मू। ये साड़ा दूआ एपिसोड और ये ना साढ़े खतरों के खिलाड़ी तो जो खतरे डंडा लभ्या हा वो कौन कौन है पहले मैं सुनाओ कि तुम्हें एक खतरे डंडे किता गए सरकार गए रखे डंडे अहें आए नीला आए इंजा पे मैं सड़ी जाने ने तला अंदर रखी ने सो रूम बेच रखे हां सर चलो आइए फिर अगर तुम्हें भी ते आज मैं तुम्हें एक गल सुनाना चाहना कि साड़ी दो वाइल्ड गार्ड एंट्रियां पई ने सर कौन सर कौन दो वाइल्ड गार्ड एंट्रियां पई ने मतलब दो बंदे नवे आवे ने नवे सर कोई गल नहीं सर ये बंदे आवे करदे ने सर आए अहें डरना जितना आए सर अहें जित जाना है तो टेंशन नहीं लो मी पागी तुम्हें जितना है साड़े बंदे आन कोई टेंशन नहीं है चलो ठीक है फिर उनका स्वागत करो और ये बंदे लंबू सलमान खान कोई गल नहीं पता पता है नहीं यार पता किन्या पता फेसबुक दिखा नहीं यार दिख लो तुम्हारी बड़ी चर्चा है बिल्कुल बाहर गड्डी लिया सर्कल और अगले हफ्ते इम्यून दो कंटेस्टेंट ने जो लिया हा खतरे डंडा और पहला स्टंट परफॉर्म करन लगे ना आर यू रेडी चलो फिर स्टार्ट बहुत इतना जोर लगाया चुप हो बैठे दिमाग खराब नहीं कर सर मैं जीतो ना दिमाग खराब नहीं कर अगर तू जीती जा तो तू बची जाना तो जरा तेरे का हारी आ हो गया समझी जा ठीक है सर जियां कि अजय देवगन ने स्टंट जीती है ते अहें अगला स्टंट परफॉर्म करने आ चलो ते ये साड़ा सब तू खतरनाक स्टंट तुहें दिखे होगे कि ये तगड़े बंदे ने और अहें करने स्टार्ट ठीक है चलो ਕ
ਕਣਿਆ ਲੱਗਿਆ ਫਿਰ ਸਟੰਟ ਤੁਸੀਂ ਸਰ ਬੜਾ ਬੇਕਾਰ ਲੱਗਾ ਹੜਮੀ ਕਿਉਂ ਆ ਸਰ ਇਹ ਅੰਦਰ ਦੇਖੋ ਸਭ ਬੜਾ ਪਈਏ ਹਰੇ ਭਾਈ ਕਿੰਨੇ ਤੇ ਕਿੰਨਾ ਜੋੜਾ ਲੈਡੇ ਹਾਜੀ ਵਿੱਚ ਕਿੱਲੀ ਬੈਠਾ ਹਾਜੀ ਮੈਂ ਲਾਇਆ ਨਹੀਂ ਲਈ ਹਾਜੀ ਵਿੱਚ ਕਿੱਲੀ ਬੈਠਾ ਚੱਲ ਕੋਈ ਨਹੀਂ ਯਾਰ ਆ ਜਿੱਤ ਤਾਂ ਬਣੀ ਦੀ ਹੈ ਚੱਲ ਕੋਈ ਸਹੀ ਗੱਲ ਨਹੀਂ ਯੈਸ ਸਰ ਨਹੀਂ ਤੂੰ ਜਿੱਤੀ ਜਾਂਦਾ ਯਾਰ ਪਹਿਲਾਂ ਆਦਾ ਮੈਂ ਪੈਸੇ ਵੀ ਜੋੜਦਾ ਤੂੰ ਤੇ ਇਹ ਸਾਡੇ ਤਿੰਨ ਨੇ ਜਿਹੜੇ ਆ ਰੀਤ ਨੇ ਸਟੰਟ ਔਰ ਇਹਦੇ ਚ ਹੁਣ ਦੋ ਨੇ ਪਰਫਾਰਮ ਕਰਨਾ ਜਿਹੜਾ ਆ ਰਹੀ ਆ ਉਹਨੇ ਅਗਲੇ ਕਰਨਾ ਪਰਫਾਰਮ ਕਰਨਾ ਠੀਕ ਹੈ ਪਹਿਲਾਂ ਇਹ ਦੋ ਜਾਣ ਲੱਗੇ ਨੇ ਸਾਡੇ ਤੇ ਚਲੋ ਕਰਨੇ ਸਟਾਰਟ 1 2 3 ਸਟਾਰਟ ਹਮ ਨਾ ਛੋੜੇ ਤੋੜੇ ਫੋੜੇ ਜੋ ਵੀ ਹਮ ਸੇ ਪੰਗਾ ਲੇ ਹਮ ਨਾ ਛੋੜੇ ਤੋੜੇ ਫੋੜੇ ਜੋ ਵੀ ਹਮ ਸੇ ਪੰਗਾ ਲੇ ਕਾਲਰ ਨਿਕਾਲ ਕੇ ਜੀਨਸ ਫਟੀ ਡਾਲ ਕੇ ਦੁਨੀਆ ਕੋ ਮੰਗ ਕੇ ਆਪਣੇ ਰੂਮਾਲ ਸੇ ਹਮ ਤੋ ਚਲੇ ਝੂਮਤੇ ਜਿੰਨਾ ਕਿ ਤੁਸੀਂ ਪਤਾ ਕਿ ਸਾਡਾ ਰੀਤਿਕ ਰੋਸ਼ਨ ਹੈ ਸਟੰਟ ਆ ਰਹੀ ਹੈ ਤੇ ਛੱਡੀਏ ਜਾਣ ਲਗਾ ਹੁਣ ਸਾਨੂੰ ਕਿਹਨੇ ਲੱਗੀ ਵੀਡੀਓ ਮੀ ਪਾ ਤੁਸੀਂ ਵੀਡੀਓ ਸਹੀ ਲੱਗੀ ਹੈ ਪਰ ਯਾਰ ਤੁਸੀਂ ਇੱਕ ਗੱਲ ਰੱਖਣੀ ਹੈ ਕਿ ਅਸੀਂ ਇੰਨੀ ਮਿਹਨਤ ਕਰਨੇ ਹੁੰਦੇ ਹਾਂ ਵੀਡੀਓ ਬਣਾਉਣ ਲਈ ਮਤਲਬ 3-4 ਘੰਟੇ ਸਾਨੂੰ ਵੀਡੀਓ ਬਣਾਉਂਦੇ ਲੱਗੀ ਹੁੰਦੇ ਅਤੇ 3-4 ਘੰਟੇ ਦਾ ਐਡੀਟਿੰਗ ਵਿੱਚ ਲੱਗੀ ਹੁੰਦੇ ਮੀ ਅਤੇ ਯਾਰ ਅਗਰ ਤੁਸੀਂ ਇੱਕ ਲਾਈਕ ਕਰੀ ਦਿਓ ਕਿਉਂਕਿ ਲਾਈਕ ਕਰਦੇ ਤੁਸੀਂ ਮਿਹਨਤ ਤਾਂ ਲੱਗਣੀ ਨਹੀਂ ਹੈ ਬਸ ਸਿਰਫ ਤੁਸੀਂ ਲਾਈਕ ਕਰਨਾ ਹੈ ਨਹੀਂ ਤਾਂ ਮਤਲਬ ਕਮ ਸੇ ਕਮ ਵੀ 100 ਕੋਲੋਂ ਜ਼ਿਆਦਾ ਬੰਦਾ ਲਾਈਕ ਕਰਦਾ ਸਾਡੀ ਵੀਡੀਓ ਹੀ ਅਗਰ ਉਹ 100 ਬੰਦਾ 15 ਬੰਦੇ ਸ਼ੇਅਰ ਕਰੀ ਦਾ ਵੀਡੀਓ ਕਮ ਸੇ ਕਮ ਮਤਲਬ 15 ਬੰਦੇ ਸ਼ੇਅਰ ਕਰੀ ਦਾ ਵੀਡੀਓ ਤਾਂ ਸਾਡੀ ਮਿਹਨਤ ਸਫਲ ਹੋ ਜਾਂਦੀ ਯਾਰ ਤਾਂ ਤੁਸੀਂ ਵੀ ਪਤਾ ਕਿ ਅਸੀਂ ਮਿਹਨਤ ਕਰੀ ਵੀਡੀਓ ਬਣਾਉਂਦੇ ਹੁੰਦੇ ਹਾਂ ਇੰਨੇ ਤਾਂ ਅਸੀਂ ਵੀਡੀਓ ਬਣਾਉਂਦੇ ਨਹੀਂ ਹੈ ਕਿ ਮਤਲਬ ਇੰਨੀਆਂ ਸ਼ੋਸ਼ੇਬਾਜ਼ੀਆਂ ਬਣਾਈ ਲਈਆਂ ਹੈ ਸਾਡੀ ਵੀਡੀਓ ਮਤਲਬ ਸਟੋਰੀ ਟਾਈਪ ਵੀਡੀਓ ਹੁੰਦੀ ਸਾਡੀ ਉਹਦੇ 'ਚ ਮਿਹਨਤ ਲੱਗਦੀ ਲੱਗਦੀ ਤਾਂ ਅਗਰ ਤੁਸੀਂ ਉਹ ਵੀਡੀਓ ਸ਼ੇਅਰ ਕਰੀ ਲਓ ਤਾਂ ਸਾਡੀ ਮਿਹਨਤ ਸਫਲ ਹੋ ਜਾਂਦੀ ਹੈ ਚਲੋ ਅੱਗੇ ਤੁਹਾਡੀ ਮਰਜ਼ੀ ਬਾਕੀ ਅਗਰ ਚੈਨਲ ਦੀ ਸਬਸਕ੍ਰਾਈਬ ਨਹੀਂ ਕੀਤੀ ਤਾਂ ਕਰੀ ਦਿਓ ਔਰ ਸ਼ੇਅਰ ਕਰੀ ਦਿਓ ਵੀਡੀਓ ਲਾਈਕ ਵੀ ਕਰੀ ਦਿਓ ਠੀਕ ਹੈ ਅਗਲੇ ਐਪੀਸੋਡ ਲੱਭਣੇ ਚਲੋ ਫਿਰ